ਸਵਾਗਤ ਹੈ ਤੁਹਾਡਾ ਨਾਮਧਾਰੀ ਮੀਡੀਆ ਇੰਡੀਆ 'ਤੇ। ਇਹ ਪਵਿੱਤਰ ਉਪਦੇਸ਼ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਸਾਧ ਸੰਗਤ ਦੇ ਭਲੇ ਲਈ ਲੁਧਿਆਣਾ ਸ਼ਹੀਦੀ ਸਮਾਰਕ ਦੇ ਮੇਲੇ 'ਤੇ 2024 26 ਨਵੰਬਰ ਨੂੰ ਉਚਾਰਨ ਕੀਤੇ। ਆਈਏ ਸਰਵਣ ਕਰੀਏ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਾਰਿਆਂ ਤੋਂ ਪਹਿਲਾਂ ਇੱਕ ਵਾਰੀ ਉਸ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਜਿਨ੍ਹਾਂ ਦੇ ਵਰੋਸਾਏ ਹੋਏ ਸਿੱਖ, ਜਿਨ੍ਹਾਂ ਦੇ ਵਰੋਸਾਏ ਹੋਏ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹਾਂ। ਇੱਕ ਵਾਰੀ ਬੜੇ ਪਿਆਰ ਨਾਲ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਬੜੀ ਖੁਸ਼ੀ ਹੈ, ਤੁਹਾਨੂੰ ਵਧਾਈਆਂ ਨੇ ਤੁਹਾਡੇ ਸਾਰਿਆਂ ਦੀ ਹਿੰਮਤ ਨਾਲ, ਅਤੇ ਜਿਨ੍ਹਾਂ ਨੇ ਸਾਨੂੰ ਇਹ ਉੱਦਮ ਦਿੱਤਾ, ਸਰਦਾਰ ਸੁਰਿੰਦਰ ਸਿੰਘ ਹੁਣੀ ਜਿਨ੍ਹਾਂ ਨੇ ਸੇਵਾ ਕੀਤੀ, ਗਿਆਨੀ ਜੀ, ਗੁਰਮੀਤ ਸਿੰਘ ਹੁਣੀ, ਸੂਬਾ ਹਰਭਜਨ ਸਿੰਘ ਹੁਣੀ, ਜੀ ਬੀ ਸਿੰਘ ਹੁਣੀ, ਸਾਰੇ ਤੁਸੀਂ ਬਹੁਤ ਸਾਰਿਆਂ ਨੇ, ਬਲਬੀਰ ਸਿੰਘ ਹੁਣਾਂ ਨੇ, ਬੜਿਆਂ ਨੇ ਇੱਥੇ ਸੇਵਾ ਕੀਤੀ। ਆਹ ਯਾਦਗਾਰ ਜਿਹੜੀ ਸੂਬਾ ਗਿਆਨੀ ਸਿੰਘ ਜੀ ਅਤੇ ਸੰਤ ਰਤਨ ਸਿੰਘ ਜੀ ਦੀ ਯਾਦ ਵਿੱਚ ਇਹ ਬਣ ਸਕੀਏ, ਆਪਾਂ ਉਹਨਾਂ ਦੇ ਚਰਨਾਂ ਵਿੱਚ ਇਹ ਨਮਸਕਾਰ ਕਰ ਸਕੇ ਹਾਂ, ਇਹ ਬਹੁਤ ਵੱਡੇ ਭਾਗ ਨੇ। ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਸ ਚੀਜ਼ ਦੀਆਂ। ਇਸ ਚੀਜ਼ ਦੀ ਜ਼ਰੂਰਤ ਸੀ, ਜਿਨ੍ਹਾਂ ਨੇ ਗਊ ਗਰੀਬ ਦੀ ਰੱਖਿਆ ਵਾਸਤੇ, ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ, ਅਤੇ ਕੁਰਬਾਨ ਕਰਕੇ ਕਿਸੇ 'ਤੇ ਆਸਾਨ ਨਹੀਂ ਕੀਤਾ, ਆਪਣੇ ਧੰਨ ਭਾਗ ਸਮਝੇ ਕਿ ਮੈਨੂੰ ਇਹ ਕੁਰਬਾਨੀ ਦੇਣ ਦਾ ਮੌਕਾ ਮਿਲਿਆ, ਮੇਰੇ ਇਹ ਦੇਸ਼ ਵਾਸਤੇ, ਇਹ ਕੌਮ ਵਾਸਤੇ, ਇਹ ਧਰਮ ਵਾਸਤੇ ਮੈਨੂੰ ਇਹ ਕੁਰਬਾਨੀ ਦੇਣ ਦਾ ਮੌਕਾ ਮਿਲਿਆ। ਉਹਨਾਂ ਸ਼ਹੀਦਾਂ ਦੇ ਚਰਨਾਂ ਵਿੱਚ ਜੇ ਆਪਾਂ ਕੁਛ ਕਰ ਸਕੇ ਹਾਂ ਤਾਂ ਇਹ ਸਾਡੇ ਬੜੇ ਵੱਡੇ ਧੰਨ ਭਾਗ ਨੇ, ਔਰ ਇਹ ਸਾਡਾ ਫਰਜ਼ ਬਣਦਾ ਸੀ। ਇਹ ਸਾਰਿਆਂ 'ਤੇ ਬੜੀ ਕਿਰਪਾ ਹੋਈ ਹੈ ਕਿ ਇਹ ਯਾਦਾਸ਼ਤ ਇਸ ਤਰ੍ਹਾਂ ਬਣ ਸਕੀ ਹੈ। ਹੋਰ ਵੀ ਜਿੰਨੇ ਕੰਮ ਰਹਿੰਦੇ ਨੇ, ਸੱਚ ਪਾਤਸ਼ਾਹ ਕਿਰਪਾ ਕਰਨ, ਚੜ੍ਹ ਸਕੇ, ਸਿਰੇ ਚੜ੍ਹ ਸਕੇ, ਤਾਂ ਕਿ ਸਾਨੂੰ ਇਸ ਤਰ੍ਹਾਂ ਯਾਦ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ ਕਿਰਪਾ ਕੀਤੀ, ਉਸ ਕਿਰਪਾ ਦੇ ਨਾਲ ਹੀ ਜਿਹੜੀ ਆਜ਼ਾਦੀ ਦੀ ਸੱਚੇ ਪਾਤਸ਼ਾਹ ਨੇ ਉਹ ਚਿਣਗਾਰੀ ਲਾਈ, ਜਿਹੜੀ ਗਰੀਬ ਨਵਾਜ਼ ਸਤਿਗੁਰੂ ਰਾਮ ਸਿੰਘ ਨੇ ਉਹ ਅੱਗ ਬਾਲੀ, ਉਸ ਅੱਗ ਇੱਕ ਭਾਂਬੜ ਬਣ ਕੇ ਇਹ ਆਜ਼ਾਦੀ ਮਿਲੀ ਹੈ ਸਾਨੂੰ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਉਸ ਤੋਂ ਬਾਅਦ ਭਾਵੇਂ ਬਹੁਤ ਸ਼ਹੀਦ ਹੋਏ, ਨਿਸ਼ਾਨ ਸਿੰਘ ਨੇ ਨਾਂ ਲਿਆ ਸੀ ਸ਼ਹੀਦ ਭਗਤ ਸਿੰਘ ਹੋਣਾ ਦਾ, ਸ਼ਹੀਦ ਕਰਤਾਰ ਸਿੰਘ ਸਰਾਭੇ ਹੋਣਾ ਦਾ, ਬੜੇ ਸ਼ਹੀਦ ਹੋਏ, ਔਰ ਉਹਦੇ ਵਿੱਚ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਰਿਹਾ। ਸ਼ਹੀਦ ਉਹ ਸਾਰੇ ਹੀ ਸਾਡੇ ਨੇ, ਭਾਵੇਂ ਉਹ ਬੰਗਾਲੀ ਹੋਏ, ਭਾਵੇਂ ਗੁਜਰਾਤੀ ਹੋਏ, ਕਿਉਂਕਿ ਅਸੀਂ ਪੰਜਾਬੀ ਹੁੰਦੇ ਹੋਏ ਅਸੀਂ ਭਾਰਤੀ ਹਾਂ, ਪਰ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਪਰ ਉਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਰ ਵਾਰ ਨਮਸਕਾਰ ਹੈ ਜਿਨ੍ਹਾਂ ਨੇ ਇਹ ਕਿਰਪਾ ਕੀਤੀ, ਜਿਨ੍ਹਾਂ ਨੇ ਆਜ਼ਾਦੀ ਦਿਵਾਈ। ਭਾਵੇਂ ਉਸ ਤੋਂ ਅਗਲੀ ਗੱਲ ਹੈ ਕਿ ਭਾਵੇਂ ਜਿਸ ਦੇਸ਼ ਦੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੁਪਨਾ ਲਿਆ ਸੀ, ਜਿੱਥੇ ਲਾਲਚ ਨਾ ਹੋਵੇ, ਜਿੱਥੇ ਕਿਸੇ ਤਰ੍ਹਾਂ ਦੀ ਕਰਪਸ਼ਨ ਨਾ ਹੋਵੇ, ਜਿੱਥੇ ਸਾਰੇ ਰੱਜ ਕੇ ਰੋਟੀ ਖਾਣ, ਜਿੱਥੇ ਦੁੱਖ ਨਾ ਹੋਵੇ, ਉਸ ਦੇਸ਼ ਦੀ ਕਲਪਨਾ ਤੋਂ ਅਸੀਂ ਬਹੁਤ ਦੂਰ ਹਾਂ ਜੇ। ਭਾਵੇਂ ਰਾਸ ਕਾਂਗਰਸ ਦਾ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਉਹ ਤਾਂ ਸਿਆਸੀ ਗੱਲਾਂ ਨੇ, ਪਰ ਉਹ ਜੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਆਪਾਂ ਅਰਦਾਸ ਜ਼ਰੂਰ ਕਰ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਜੇ ਤੂੰ ਇਹ ਆਜ਼ਾਦੀ ਦਿੱਤੀ ਹੈ, ਇਸ ਆਜ਼ਾਦੀ ਨੂੰ ਮਾਨਣ ਦਾ ਸਾਨੂੰ ਉਹ ਵੀ ਰਸਤਾ ਦੇ, ਸਾਨੂੰ ਸੁੱਖ ਦੇ, ਸਾਨੂੰ
ਉਸ ਨਾਮ ਨਾਲ ਜੋੜ ਕੇ ਮਨ ਨੂੰ ਸੰਤੋਖ ਦੇ ਤਾਂ ਕਿ ਅਸੀਂ ਭੱਜ ਕੇ ਅਸੀਂ ਕਿਸੇ ਦਾ ਨੁਕਸਾਨ ਨਾ ਕਰੀਏ, ਅਸੀਂ ਕਿਸੇ ਨਾਲ ਈਰਖਾ ਨਾ ਕਰੀਏ। ਸੱਚੇ ਪਾਤਸ਼ਾਹ, ਤੂੰ ਸਾਨੂੰ ਨਾਮ ਅਤੇ ਗੁਰਬਾਣੀ ਨਾਲ ਜੋੜਿਆ, ਅਸੀਂ ਉਸ ਨਾਮ ਅਤੇ ਗੁਰਬਾਣੀ ਨਾਲ ਜੁੜ ਕੇ ਰਹਿ ਸਕੀਏ। ਇੱਥੇ ਗਿਆਨੀ ਜੀ ਆਏ ਸੀ, ਮੇਰਾ ਖਿਆਲ ਢਿੱਲੋਂ ਸਾਹਿਬ, ਉਹਨਾਂ ਨੇ ਗੱਲ ਕੀਤੀ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਧਰਮ ਜਿਹੜਾ ਉਹ ਯੂਨੀਵਰਸਲ ਹੈ, ਉਹ ਵਾਕਿਆ ਹੀ ਯੂਨੀਵਰਸਲ ਹੈ। ਉਹ ਧਰਮ ਨਾ ਕਿਸੇ ਵਿਸ਼ੇਸ਼ ਪ੍ਰਾਂਤ ਦਾ, ਨਾ ਉਹ ਧਰਮ ਕਿਸੇ ਵਿਸ਼ੇਸ਼ ਬਾਣੇ ਦਾ, ਨਾ ਉਹ ਧਰਮ ਸਿਰਫ ਕਕਾਰਾਂ ਦਾ। ਉਹ ਧਰਮ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨ, ਬੋਧੀ, ਉਹ ਧਰਮ ਹਰ ਇੱਕ ਵਾਸਤੇ ਹੀ ਹੈ, ਕਿਉਂਕਿ ਉਹ ਧਰਮ ਸ਼ੁਰੂ ਹੀ ਇਨਸਾਨੀਅਤ ਦੇ ਵਿੱਚੋਂ ਦੀ ਲੰਘ ਕੇ ਹੁੰਦਾ। ਉਹ ਧਰਮ ਸ਼ੁਰੂ ਹੀ ਉੱਥੇ ਹੁੰਦਾ ਜਿੱਥੇ ਬੇਈਮਾਨੀ ਅਤੇ ਲਾਲਚ ਖਤਮ ਹੋ ਜਾਣੇ ਨੇ। ਉਸ ਧਰਮ ਨਾਲ ਕਿਰਪਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕੀਤੀ, ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜੋੜਿਆ, ਜਿਹਦੇ ਨਾਲ ਸਾਨੂੰ ਆਜ਼ਾਦੀ ਮਿਲੀ, ਅਤੇ ਆਪਾਂ ਤਕੜੇ ਹੋ ਕੇ ਉਸ ਧਰਮ 'ਤੇ ਮਾਣ ਕਰਨਾ, ਆਪਾਂ ਉਹਦੇ ਨਾਲ ਜੁੜ ਕੇ ਰਹਿਣਾ। ਇੱਕ ਵਾਰੀ ਉਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰੀਏ, ਜਿਨ੍ਹਾਂ ਦੀ ਕਿਰਪਾ ਨਾਲ ਇਹ ਸ਼ਹੀਦਾਂ ਵਾਲੀ ਇਹ ਜਗ੍ਹਾ ਮਿਲੀ, ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਅੱਜ ਆਪਾਂ ਸੁੱਖ ਮਾਣਦੇ ਹਾਂ, ਜਿਨ੍ਹਾਂ ਦੀ ਗੋਦ ਦਾ ਆਪਾਂ ਸਿੱਖ ਮਾਣਿਆ, ਜਿਨ੍ਹਾਂ ਨੇ ਸਾਨੂੰ ਵਿਕਾਰਾਂ ਤੋਂ ਵੀ ਹਟਾਇਆ, ਜਿਨ੍ਹਾਂ ਨੇ ਸਾਡੇ ਦੁੱਖਾਂ ਵਿੱਚ ਵੀ ਸਾਨੂੰ ਗਲ ਨਾਲ ਲਾ ਕੇ ਸੁੱਖ ਬਖਸ਼ਿਆ, ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਵੀ ਇੱਕ ਵਾਰੀ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਉਹ ਰੂਪ, ਉਹ ਵੀ ਗੁਰੂ ਨਾਨਕ ਦਾ ਹੀ ਹੈ ਰੂਪ, ਉਹ ਵੀ ਸਤਿਗੁਰੂ ਰਾਮ ਸਿੰਘ ਦਾ, ਉਹ ਦੋ ਹੈ ਹੀ ਨਹੀਂ, ਉਹ ਸਾਰੇ ਹੀ ਇੱਕ ਨੇ, ਪਰ ਉਹ ਵੱਖੋ ਵੱਖਰੇ ਰੂਪ ਵਿੱਚ ਵੱਖੋ ਵੱਖਰੇ ਸਮੇਂ ਆ ਕੇ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ, ਉਹ ਇੱਕੋ ਹੀ ਹੈ ਸਦਾ। ਉਹ ਸਾਨੂੰ ਕਿਰਪਾ ਕਰਨ, ਅਸੀਂ ਉਹਨਾਂ ਦੀ ਸਿੱਖੀ 'ਤੇ ਚੱਲ ਸਕੀਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਕੋਈ ਦੁਖੀਆ ਨਾ ਰਹੇ। ਅਸੀਂ ਅੱਗੇ ਵੀ ਕਹਿੰਦੇ ਹੁੰਦੇ ਹਾਂ, ਇੱਕ ਦੁਨੀਆਦਾਰੀ ਦੀ ਗੱਲ ਕਰਦਿਆਂ ਹੋਇਆਂ, ਸੂਬਾ ਜੀ ਤੁਸੀਂ ਅੱਗੇ ਲੱਗ ਕੇ, ਤੁਹਾਡੀ ਲੁਧਿਆਣੇ ਵਾਸਤੇ ਇੱਥੇ ਕਮੇਟੀ ਬਣੀ ਹੋਵੇ, ਕਿਸੇ ਨੂੰ ਕੈਰੀਅਰ ਕਾਉਂਸਲਿੰਗ ਦੀ ਲੋੜ ਹੈ, ਕੋਈ ਕਿਸੇ ਨੂੰ ਇਲਾਜ ਦੀ ਲੋੜ ਹੈ, ਕਿਸੇ ਕੋਲ ਨੌਕਰੀ ਨਹੀਂ ਹੈਗੀ, ਤੁਸੀਂ ਕਰਦੇ ਹੀ ਹੋ ਅੱਗੇ ਵੀ, ਤੁਸੀਂ ਬੜੀ ਕਿਰਪਾ ਕਰਦੇ ਹੋ, ਪਰ ਉਹ ਸਾਰਾ ਅੱਗੇ ਲੱਗ ਕੇ ਆਪਾਂ ਇੰਨਾ ਇੰਨਾ ਕਰੀਏ, ਕਿਉਂਕਿ ਅਸੀਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਸਿੱਖ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਆਉਂਦਾ ਕਿ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਤੁਹਾਡੇ ਵਿੱਚ ਕੋਈ ਮਾੜਾ ਰਹਿਣਾ ਹੀ ਨਹੀਂ ਚਾਹੀਦਾ, ਤੁਹਾਡੇ 'ਚ ਕੋਈ ਦੁਖੀਆ ਰਹਿਣਾ ਹੀ ਨਹੀਂ ਚਾਹੀਦਾ, ਜਿੰਨਾ ਜਿੰਨਾ ਉਹਨਾਂ ਕਰਾਉਣਾ ਹੋਣਾ ਉਹਨਾਂ ਦੀ ਕਿਰਪਾ ਨਾਲ ਹੈ, ਪਰ ਆਪਾਂ ਆਪਣਾ ਫਰਜ਼ ਕਰੀਏ, ਆਪਾਂ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਅਤੇ ਕਰਕੇ ਜੇ ਸਾਡੇ ਕੋਲੋਂ ਕਿਸੇ ਦਾ ਚੰਗਾ ਹੋ ਸਕੇ, ਤਾਂ ਇਹੀ ਆਖੀਏ ਸੱਚੇ ਪਾਤਸ਼ਾਹ ਤੇਰੀ ਕਿਰਪਾ ਨਾਲ ਹੋਇਆ, ਇੰਨੀ ਅਰਜ਼ ਕਰਕੇ ਅੱਗੇ ਲੈਣਾ। ਸਤਿ ਸ੍ਰੀ ਅਕਾਲ।